ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ترਸੀਮ ਸਿੰਘ ਮਠਾੜੂ ਤੇ ਗੱਲਬਾਤ ਕਰਾਂਗੇ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰ ਲੈਨੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਉੱਤਰੀ ਭਾਰਤ ਵਿੱਚ ਸੰਗਣੀ ਧੁੰਦ ਦੀ ਸੰਭਾਵਨਾ ਇਹਨਾਂ ਸੂਬਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਕੇਜਰੀਵਾਲ ਬਣਾਉਣਾ ਚਾਹੁੰਦੇ ਸੀ ਬਲਵੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਕਿਸਾਨ ਲੀਡਰ ਨੇ ਕੀਤੇ ਵੱਡੇ ਖੁਲਾਸੇ ਇਨਕਮ ਟੈਕਸ ਭਰਨ ਵਾਲਿਆਂ ਦਾ ਐਲਾਨ ਕਰਨ ਵਾਲੇ ਕੈਪਟਨ ਦਾ ਟੈਕਸ ਭਰੇਗੀ ਪੰਜਾਬ ਸਰਕਾਰ ਹਿਮਾਚਲ ਵਿੱਚ 16 ਤੋਂ ਮੁੜ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਸਾਵਧਾਨ ਭਾਰਤ ਵਿੱਚ ਡੈਲਟਾ ਵੈਰੀਐਂਟ ਕਰਨ ਪੈਦਾ ਹੋਏ ਭਿਆਨਕ ਹਾਲਾਤ ਮੁੜ ਸਾਹਮਣੇ ਆਉਣ ਦਾ ਖਤਰਾ ਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ 24 ਘੰਟਿਆਂ ਵਿੱਚ 6083 ਨਵੇਂ ਕੇਸ ਭਾਰਤ ਦੀ ਸਭ ਤੋਂ ਵੱਡੀ ਕੰਪਨੀ 55000 ਫਰੈਸ਼ਰਾਂ ਨੂੰ ਕਰੇਗੀ ਨਿਯੁਕਤ ਕੋਵਿਡ-19 ਦੇ ਚੱਲਦਿਆਂ ਸਰਕਾਰ ਨੇ ਮੁਲਾਇਮਾਂ ਲਈ ਜਾਰੀ ਕੀਤੀ ਹੈ ਇਹ ਹਦਾਇਤਾਂ ਮੈਡੀਕਲ ਵਿਦਿਆਰਥੀਆਂ ਲਈ ਅਹਿਮ ਖਬਰ 19 ਜਨਵਰੀ ਤੋਂ ਸ਼ੁਰੂ ਹੋਵੇਗੀ NEET UG ਦੀ ਕਾਉਂਸਲਿੰਗ ਪੰਜਾਬ ਯੂਨੀਵਰਸਿਟੀ ਵਿਖੇ ਆਨਲਾਈਨ ਵਿਧੀ ਰਾਹੀਂ ਸਮੈਸਟਰ ਪ੍ਰੀਖਿਆਵਾਂ ਹੋਣਗੀਆਂ ਚੰਗੀ ਖਬਰ ਵੀਰਪੇ ਸਸਤਾ ਹੋਇਆ ਖਾਣ ਵਾਲਾ ਤੇਲ ਜਾਣੋ ਕੀ ਹੈ ਨਵੇਂ ਰੇਟ ਤਾਂ ਦੋਸਤੋ ਇਸੇ ਕਿਹ ਆਪਣੀਆਂ ਸਵੇਰ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਆ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਅਸ ਤੋਂ ਪਹਿਲਾਂ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਗੱਲ ਕਰਦੇ ਆਂ ਜੀ ਪਹਿਲੀ ਵੱਡੀ ਖਬਰ ਦੀ ਕਿ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਇਹਨਾਂ ਸੂਬਿਆਂ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਵਿਭਾਗ ਆਈਐਮਡੀ ਨੇ ਅਗਲੇ 2 ਦਿਨਾਂ ਦੌਰਾਨ ਪੂਰਬੀ ਅਤੇ ਨਾਲ ਲੱਗਦੇ ਮੱਧ ਪਹਾੜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਇਸ ਤੋਂ ਬਾਅਦ ਮੀਂਹ ਕਾਫੀ ਘੱਟ ਜਾਵੇਗਾ ਤੇ ਅਗਲੇ 4-5 ਦਿਨਾਂ ਤੱਕ ਉੱਤਰੀ ਪਹਾੜਾਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹੇਗੀ ਇੱਕ ਪਾਸੇ ਗੜਬੜ 16 ਅਤੇ 17 ਜਨਵਰੀ ਨੂੰ ਉੱਤਰ-ਪੱਛਮੀ ਹਿਮਾਲਿਆ ਨੂੰ ਪ੍ਰਭਾਵਿਤ ਕਰੇਗੀ ਤੇ ਦੂਜਾ ਹਵਸਟਾਰ ਵੈਸਟਰਨ ਅੰਡਸਟਰਬੈਂਸ 18 ਤੋਂ 20 ਜਨਵਰੀ ਤੱਕ ਉੱਤਰ-ਪੱਛਮੀ ਭਾਤ ਨੂੰ ਪ੍ਰਭਾਵਿਤ ਕਰੇਗਾ ਕੇਦਰੀਵਾਲ ਬਣਾਉਣਾ ਚਾਹੁੰਦੇ ਸੀ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਕਿਸਾਨ ਲੀਡਰ ਨੇ ਕੀਤੇ ਵੱਡੇ ਖੁਲਾਸੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਦਾਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੀ ਹੈ ਬਲਬੀਰ ਰਾਜੇਵਾਲ ਨੇ ਆਮ ਆਦਮੀ ਪਾਰਟੀ ਦੇ ਟਿਕਟਾਂ ਵੇਚਣ ਦਾ ਦੋਸ਼ ਵੀ ਲਗਾਇਆ ਹੈ ਇਸ ਦੇ ਨਾਲ ਹੀ ਬਲਬੀਰ ਰਾਜੇਵਾਲ ਨੇ ਇਹ ਵੀ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ SSMT ਆਮ ਆਦਮੀ ਪਾਰਟੀ ਵਿਚਾਲੇ ਗੱਠ ਜੁੜ ਕਿਉਂ ਨਹੀਂ ਹੋਇਆ ਕਿਸਾਨ ਅੰਦੋਲਨ ਤੋਂ ਬਾਅਦ ਸਿਆਸੀ ਪਾਰਟੀ ਬਣਾਉਣ ਵਾਲੇ ਬਲਵੀਰ ਰਾਜੇਵਾਲ ਨੇ ਏਬੀਬੀ ਸਾਂਝਾ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਮੈਨੂੰ ਚਿਹਰਾ ਬਣਾਉਣਾ ਚਾਹੁੰਦੇ ਸੀ ਪਰ ਮੇਰੇ ਇਨਕਾਰ ਕਰਨ ਦੇ ਬਾਅਦ ਜੋ ਟਿਕਟਾਂ ਦਿੱਤੀਆਂ ਜਾ ਰਹੀਆਂ ਸਨ ਇਸ ਦੇ ਲਈ ਮੈਂ ਪਿੱਛੇ हट ਗਿਆ ਤੇ ਆਪ ਵਿੱਚ ਵੀ ਟਿਕਟਾਂ ਵਿਕਦੀਆਂ ਨੇ ਇਨਕਮ ਟੈਕਸ ਭਰਨ ਦਾ ਐਲਾਨ ਕਰਨ ਵਾਲੇ ਕੈਪਟਨ ਦਾ ਟੈਕਸ ਭਰੇਗੀ ਪੰਜਾਬ ਸਰਕਾਰ ਜੀ ਹਾਂ ਦੋਸਤੋ ਪੰਜਾਬ ਵਿਧਾਨ ਸਭਾ ਚੋਣਾਂ ਦੀ तरीक ਦੇ ਐਲਾਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬਹੁਤ ਸਾਰੇ ਐਲਾਨ ਕੀਤੇ ਸਨ ਪਰ ਪੰਜਾਬ ਸਰਕਾਰ ਵੱਲੋਂ ਕੈਪਟਨ ਨੇ ਇੱਕ ਐਲਾਨ ਕੀਤਾ ਕਿ ਜਿਸ ਤਹਿਤ ਪੰਜਾਬ ਸਰਕਾਰ ਨੇ ਕੈਪਟਨ ਦਾ ਇਨਕਮ ਟੈਕਸ ਭਰਨ ਦਾ ਫੈਸਲਾ ਕੀਤਾ ਹੈ ਦੱਸ ਦੇ ਕਿ ਪੰਜਾਬ ਸਰਕਾਰ ਕੈਪਟਨ ਦੀ ਤਨਖਾਹ ਤੇ ਬੋਝ ਨਾ ਪਾਉਂਦੇ ਤਾਂ ਆਪਣੇ ਖਜ਼ਾਨੇ ਵਿੱਚੋਂ ਇਹ ਟੈਕਸ ਭਰਨ ਜਾ ਰਹੀ ਹੈ ਦੱਸ ਦੇ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਆਮਰਿੰਦਰ ਸਿੰਘ ਨੇ ਇੱਕ ਵਕਾਲਤ ਦੌਰਾਨ ਪੰਜਾਬ ਦੇ ਵਿਧਾਇਕਾਂ ਨੂੰ ਇਨਕਮ ਟੈਕਸ ਆਪਣੀ ਜੇਬ ਵਿੱਚੋਂ ਭਰਨ ਦੀ ਅਭਿਲਕੀਤੀ ਸੀ ਪਰ ਕੈਪਟਨ ਸਾਹਿਬ ਆਪ ਹੀ ਇਸ ਨੂੰ ਭਰਨਾ ਭੁੱਲ ਗਏ ਜਿਸ ਕਾਰਨ ਕੈਪਟਨ ਨੂੰ ਵਿਧਾਨ ਸਭਾ ਤੋਂ ਮਿਲਣ ਵਾਲੀ ਤਨਖਾਹ ਤੇ ਹੋਰ ਭੱਤਿਆਂ ਤੇ ਪੈਣ ਵਾਲਾ ਟੈਕਸ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਵਿਗਾ ਜਿਸ ਦਾ ਕੈਪਟਨ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ ਇਹ ਮਾਤਲ ਵਿੱਚ 16 ਤੋਂ ਮੌੜ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ ਮਾਤਲ ਵਿੱਚ ਮੌਸਮ ਇੱਕ ਵਾਰ ਫਿਰ ਕਾਰਵਟ ਬਦਲੇਗਾ ਮੌਸਮ ਵਿਗਿਆਨ ਕੇਂਦਰ Shimla ਨੇ 16 ਜਨਵਰੀ ਨੂੰ ਮੌੜ ਮੀਂਹ ਅਤੇ ਬਰਫਬਾਰੀ ਦਾ ਅਨੁਮਾਨ ਲਾਇਆ 16 ਤੇ 17 ਜਨਵਰੀ ਨੂੰ ਸੂਬੇ ਦੇ ਦਰਮਿਆਨ ਅਤੇ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਅਤੇ ਬਰਫਬਾਰੀ ਦੇ ਆਸਾਰ ਨੇ ਜਦਕਿ ਹੇਠਲੇ ਖੇਤਰਾਂ ਵਿੱਚ ਮੌਸਮ ਸਾਫ਼ ਰਹਿ ਸਕਦਾ ਹੈ ਸਾਵਧਾਨ ਭਾਰਤ ਚ ਡੈਲਟਾ ਭਾਰਤ ਚ ਡੈਲਟਾ ਵੈਰੀਏਟ ਕਾਰਨ ਪੈਦਾ ਹੋਏ ਭਿਆਨਕ ਹਾਲਾਤ ਮੁੜ ਸਾਹਮਣੇ ਆਉਣ ਦਾ ਖਤਰਾ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ April ਅਤੇ June 2021 ਦਰਮਿਆਨ COVID-19 ਦੇ ਡੈਲਟਾ ਵੈਰੀਐਂਟ ਦੀ ਘਾਤਕ ਲਹਿਰ ਨੇ 2,40,000 ਲੋਕਾਂ ਦੀ ਜਾਨ ਲੈ ਲਈ ਅਤੇ ਆਰਥਿਕ ਸੁਧਾਰ ਵਿੱਚ ਰੁਕਾਵਟ ਪਾਈ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਸੰਜਗਤ ਰਾਸ਼ਟਰ ਦੀ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾ 2022 ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਦੇ ਬਹੁਤ ਤੇਜ਼ੀ ਨਾਲ ਫੈਲਣ ਵਾਲੇ ਓਮਿਕਰੋਨ ਵੇਰੀਐਂਟ ਦੇ ਸੰਕਰਮਣ ਦੀਆਂ ਨਵੀਆਂ ਲਹਿਰਾਂ ਕਾਰਨ ਮੌਤਾਂ ਅਤੇ ਆਰਥਿਕ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ 24 ਘੰਟਿਆਂ ਵਿੱਚ 6083 ਨਵੇਂ ਕੇਸ ਪੰਜਾਬ ਵਿੱਚ ਕਰੋਨਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 6083 ਨਵੇਂ ਕੇਸ ਸਾਹਮਣੇ ਆਏ ਨੇ ਕਰੋਨਾ ਵਾਇਰਸ ਨਾਲ 6 ਲੋਕਾਂ ਦੀ ਮੌਤ ਹੋ ਗਈ ਪੰਜਾਬ ਵਿੱਚ 2330 ਮਰੀਜ਼ ਸਹਤਜਾਬ ਹੋਏ ਨੇ ਇਸ ਤੋਂ ਇਲਾਵਾ 9 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ ਕਰੋਨਾ ਦੇ ਮਹਾਲੇ ਤੋਂ 914 ਪਟਿਆਲਾ ਤੋਂ 776 ਲੁਧਿਆਣਾ ਤੋਂ 670 ਜਲੰਧਰ ਤੋਂ 514 ਹਿਆਰਪੁਰ ਤੋਂ 571 ਅਤੇ ਪਠਾਨਕੋਟ ਤੋਂ 344 ਅੰਮ੍ਰਿਤਸਰ ਤੋਂ 731 ਰੂਪਰ ਤੋਂ 285 ਗਰਦਾਸਪੁਰ ਤੋਂ 346 ਅਤੇ ਤਰਨਤਾਰਨ ਤੋਂ 98 ਕੇਸ ਸਾਹਮਣੇ ਆਏ ਨੇ ਭਾਰਤ ਦੀ ਸਭ ਤੋਂ ਵੱਡੀ ਕੰਪਨੀ 55000 ਫ੍ਰੈਸ਼ਰਾਂ ਨੂੰ ਕਰੇਗੀ ਨਿਯੁਕਤ ਜੀਹਾਂ ਦੋਸਤੋ ਤੀਜੀ ਤਮਾਹੀ ਲਈ 5809 ਕਰੋੜ ਰੁਪਏ ਦੇ ਮੁਨਾਫੇ ਦਾ ਐਲਾਨ ਕਰਨ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਆਈਟੀ ਕੰਪਨੀ ਇਫੋਸੈਂਸ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਆਪਣੇ ਗਲੋਬਲ ਗ੍ਰੈਜੂਏਟ ਭਾਰਤੀ ਪ੍ਰੋਗਰਾਮ ਦੇ ਹਿੱਸੇ ਵਜੋਂ ਵਿੱਤੀ ਸਾਲ 2022 ਲਈ 55000 ਫੈਸ਼ਨਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ ਵੱਖ-ਵੱਖ ਨਿਯੁਕਤ ਏਜੰਸੀਆਂ ਨੂੰ ਵੇਰਵੇ ਦਿੰਦੇ ਹੋਏ ਮੁੱਖ ਵਿੱਤੀ ਅਧਿਕਾਰੀ ਨੀਲਜਨ ਰਾਏ ਨੇ ਕਿਹਾ ਕਿ ਆਈਟੀ ਫਾਰਮ ਪ੍ਰਤਿਭਾ ਪ੍ਰਾਪਤੀ ਅਤੇ ਵਿਕਾਸ ਵਿੱਚ ਨਿਵੇਸ਼ਾਂ ਨੂੰ ਤਰਜੀਹ ਦਿੰਦੀ ਹੈ ਤੇ ਵਿਕਾਸ ਦੀਆਂ ਇਛਾਵਾਂ ਨੂੰ ਸਮਰਥਨ ਦੇਣ ਲਈ ਵਿੱਤੀ ਸਾਲ 2022 ਲਈ ਗਲੋਬਲ ਗ੍ਰੈਜੂਏਟ ਹਾਇਰਿੰਗ ਪ੍ਰੋਗਰਾਮ ਨੂੰ 55000 ਤੋਂ ਵੱਧ ਕਰ ਦਿੱਤਾ ਹੈ ਕੋਵਿਡ-19 ਦੇ ਚੱਲਦੇ ਸਰਕਾਰ ਨੇ ਮਲਾਈਮਲੇ ਜਾਰੀ ਕੀਤੀ ਹੈ ਇਹ ਹਦਾਇਤਾਂ ਪਿਛਲੇ 24 ਘੰਟਿਆਂ 'ਚ ਪੰਜਾਬ 'ਚ 4681 ਨਵੇਂ ਮਾਮਲੇ ਸਾਹਮਣੇ ਆਏ ਨੇ ਜੜ ਕੇ ਕਰੋਨਾ ਕਾਰਨ 10 ਲੋਕਾਂ ਦੀ ਮੌਤ ਹੋ ਗਈ ਕਰੋਨਾ ਦੇ ਵਾਧੇ ਮਾਮਲਿਆਂ ਦੇ ਚੱਲਦੇ ਸਖਤ ਪ੍ਰਸ਼ਾਸਨ ਵੱਲੋਂ ਮਲਾਈਮਾਂ ਨੂੰ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਜਿਸ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਹੈ ਪੰਜਾਬ ਚ ਕਰੋਨਾ ਮਹਾਮਾਰੀ ਦੇ ਵਾਦੇ ਮਾਮਲੇ ਦੇ ਚੱਲਦੇ ਸਰਕਾਰ ਵੱਲੋਂ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਇੱਕ ਪਾਸੇ ਜਿੱਥੇ ਸਰਕਾਰ ਨੇ ਆਮ ਲੋਕਾਂ ਲਈ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਨੇ ਉੱਤੇ ਹੀ ਦੂਜੇ ਪਾਸੇ ਸਰਕਾਰੀ ਕਰਮਚਾਰੀਆਂ ਲਈ ਵੀ ਪ੍ਰਸ਼ਾਸਨ ਵੱਲੋਂ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਸਖਤਰੇਤ ਪ੍ਰਸ਼ਾਸਨ ਦਾ ਉਲੰਘਣਾ ਕਰਨ ਵਾਲਿਆਂ ਤੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀ ਪੈਣੀ ਨਜ਼ਰ ਹੈ ਸਰਕਾਰ ਵੱਲੋਂ ਮੁਲਾਇਮਾਂ ਦੇ ਹੋਮ ਕੁਆਰਟਰਨ ਲਈ ਨਵੇਂ ਦੇ ਸਿਰ ਨਿਰਦੇਸ਼ ਜਾਰੀ ਕੀਤੇ ਗਏ ਨੇ कोरोना ਦੇ ਵਾਧੇ ਮਾਮਲੇ ਦੇ ਚੱਲਦੇ ਸਕੱਤਰੇਤ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਜਿਹਦੀ ਸ਼ਕਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ਇਸ ਸਕੱਤਰੇਤ ਪ੍ਰਸ਼ਾਸਨ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣ ਕੋਈ ਮਲਾਇ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਆਪਣੀ ਸ਼ਾਖਾ ਨੂੰ ਛੱਡ ਕੇ ਦੂਜੀ ਸ਼ਾਖਾ 'ਚ ਨਾ ਜਾਣਾ ਤੇ ਨਾ ਹੀ ਜਮ ਇਕੱਠ ਕੀਤਾ ਜਾਵੇ ਇੱਕੋ ਸਮੇਂ ਤੋਂ 4 ਤੋਂ ਜ਼ਿਆਦਾ ਕਰਮਚਾਰੀ ਲਿਫਟ ਦੀ ਵਰਤੋਂ ਨਾ ਕਰਨ ਸੈਨੀਟਾਈਜ਼ਰ ਮਸ਼ੀਨਾਂ ਨੂੰ ਚਾਲੂ ਅਵਸਥਾ ਵਿੱਚ ਰੱਖਿਆ ਜਾਵੇ ਦੱਸ ਦੇ ਕਿ ਇਹਨਾਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਸਖਤਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਹੋਈ ਹੈ ਮੈਡੀਕਲ ਵਿਦਿਆਰਥੀਆਂ ਲਈ ਅਹਿਮ ਖਬਰ 19 ਜਨਵਰੀ ਤੋਂ ਸ਼ੁਰੂ ਹੋਵੇਗੀ NEET ਜੋ ਜੀਡੀ ਕਾਉਂਸਲਿੰਗ ਹੈ ਜੀ ਹਾਂ ਦੋਸਤੋ ਮੈਡੀਕਲ ਯੂ ਜੀਡੀ ਦਾਖਲਾ 2021 ਲਈ NEET ਕਾਉਂਸਲਿੰਗ 2021 ਦੀ ਤਰੀਕਾ ਦਾ ਐਲਾਨ ਕਰ ਦਿੱਤਾ ਹੈ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਕਿਹਾ ਕਿ NEET ਦੀ ਕਾਉਂਸਲਿੰਗ 19 ਜਨਵਰੀ 2022 ਤੋਂ ਸ਼ੁਰੂ ਹੋਵੇਗੀ ਮੈਡੀਕਲ ਕਾਉਂਸਲਿੰਗ ਕਮੇਟੀ MS डबल ਸੀ ਗ੍ਰੈਜੂਏਸ਼ਨ ਮੈਡੀਕਲ ਕੋਰਸਾ ਵਿੱਚ ਦਾਖਲੇ ਲਈ 15% ਦੀ 올 ਇੰਡੀਆ ਕੋਟਾ ਸੀਟਾਂ ਲਈ ਆਨਲਾਈਨ ਕਾਉਂਸਲਿੰਗ ਕਰੇਗੀ ਬਿਨਕਾਰ MCC ਦੀ ਅਧਿਕਾਰਤ ਵੈੱਬਸਾਈਟ ਤੇ ਇਸ ਦੇ ਵੇਰਵੇ ਦੇਖ ਸਕਦੇ ਨੇ ਪੰਜਾਬ ਯੂਨੀਵਰਸਿਟੀ ਵਿਖੇ ਆਨਲਾਈਨ ਵਿਧੀ ਰਾਹੀਂ ਸਮੈਸਟਰ ਪ੍ਰੀਖਿਆਵਾਂ ਹੋਣਗੀਆਂ ਜੀ ਹਾਂ ਦੋਸਤੋ ਪੰਜਾਬ ਯੂਨੀਵਰਸਿਟੀ ਅਥਾਰਟੀ ਵੱਲੋਂ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਔਰ ਸਮੈਸਟਰ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਲਿਖਤੀ ਪ੍ਰੀਖਿਆਵਾਂ 24 ਜਨਵਰੀ ਨੂੰ ਜਦੋਂ ਕਿ ਪ੍ਰੈਕਟੀਕਲ ਪ੍ਰੀਖਿਆਵਾਂ 17 ਜਨਵਰੀ ਤੋਂ ਸ਼ੁਰੂ ਹੋਣਗੀਆਂ ਦੋਵੇਂ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਲੈਣ ਦਾ ਫੈਸਲਾ ਕੀਤਾ ਗਿਆ ਹੈ ਚੰਗੀ ਖਬਰ ਹੈ 20 ਰੁਪਏ ਸਸਤਾ ਹੋਇਆ ਖਾਣ ਵਾਲਾ ਤੇਲ ਜਾਣੋ ਕੀ ਹੈ ਨਵਾਂ ਰੇਟ ਹੈ ਜੀ ਹਾਂ ਦੋਸਤੋ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਖਾਣ ਵਾਲੇ ਤੇਲ ਦੀਆਂ ਪਰਚੂਨ ਕੀਮਤਾਂ ਇੱਕ ਸਾਲ ਪਹਿਲਾਂ ਗਲੋਬਲ ਮਾਰਕੀਟ ਦੇ ਮੁਕਾਬਲੇ ਵੱਧ ਹਨ ਪਰ ਅਕਤੂਬਰ 2021 ਤੋਂ ਘਟ ਗਈਆਂ ਨੇ 167 ਮੌਲ ਸੰਗ੍ਰਹਿ ਕੇਂਦਰਾ ਦੇ ਅਨੁਸਾਰ ਦੇਸ਼ ਭਰ ਦੇ ਪ੍ਰਮੁੱਖ ਪਰਚੂਨ ਬਾਜ਼ਾਰਾਂ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 5 ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਆਈ ਹੈ ਖਰਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਮੂਫਲੀ ਦੇ ਤੇਲ ਦੀ ਔਸਤਨ ਪਰਚੂਨ ਕੀਮਤ 180 ਰੁਪਏ ਪ੍ਰਤੀ ਕਿਲੋਗ੍ਰਾਮ ਸਰ੍ਹੋਂ ਦਾ ਤੇਲ 184 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਇਆ ਤੇਲ 148 ਰੁਪਏ ਪ੍ਰਤੀ ਕਿਲੋਗ੍ਰਾਮ ਸੋਜ ਮਖੀ ਦਾ ਤੇਲ 162 ਰੁਪਏ ਪ੍ਰਤੀ ਕਿਲੋ ਤੇ ਪਾਮ ਆਇਲ 128 ਰੁਪਏ ਪ੍ਰਤੀ ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ ਜਿਸ ਵਿੱਚ 7 ਤੋਂ 8 ਰੁਪਏ ਦੀ ਕਮੀ ਆਈ ਹੈ ਤਾ ਦੋਸਤੋ ਐਸੀਆਂ ਆਪਣੀਆਂ ਅੱਜ ਦੁਪਹਿਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਸਾਡੇ ਦਵਾਜ ਤੱਕ ਗਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਅਗਲੇ ਦਿਨੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦ ਲਈ ਐਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਕਿਉਂ ਹੋ ਪਰੇਸ਼ਾਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਬਾਬਾ ਫਤੇਹ ਖਾਨ ਸੰਪਰਕ ਕਰੋ 90416 24372 ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੋਤਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਲਾਟਰੀ ਨੰਬਰ ਪਾਓ ਮਾਂ ਹਮੇਸ਼ਾ 649 ਹੋਵੇ ਜਾਂ ਲਾਟੋਮੈਕਸ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ